ਹੈਲੋ ਦੋਸਤੋ, ਬੈਸਟ ਫਿਊਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਜੋ ਵੀ ਨਵੇਂ ਦੋਸਤ ਸਾਡੇ ਚੈਨਲ 'ਤੇ ਨਵੇਂ ਆਏ ਨੇ, ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਨਾਲ ਹੀ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰ ਦਿਓ ਤਾਂ ਕਿ ਤੁਹਾਡੇ ਤੱਕ ਆਉਣ ਵਾਲੀ ਹਰ ਇੱਕ ਗੌਰਮੈਂਟ ਜੋਬ ਅਤੇ ਸਾਡੇ ਵੱਲੋਂ ਤਿਆਰ ਕੀਤੀ ਜਾਣ ਵਾਲੀ ਸਟੱਡੀ ਮਟੀਰੀਅਲ ਰਿਲੇਟਡ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਉਹਨਾਂ ਦੋਸਤਾਂ ਲਈ ਬਹੁਤ ਹੀ ਜ਼ਿਆਦਾ ਗੁੱਡ ਨਿਊਜ਼ ਜਿਨ੍ਹਾਂ ਨੇ ਟੈਟ ਦਾ ਐਗਜ਼ਾਮ ਦੇਣਾ ਸੀ, ਕਿਉਂਕਿ ਜੋ ਟੈਟ 5 ਜਨਵਰੀ 2020 ਨੂੰ ਹੋ ਰਿਹਾ ਹੈ ਉਸਦੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਨੇ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਜੋ ਪਹਿਲਾਂ ਤੁਹਾਨੂੰ ਸੈਂਟਰ ਅਲੋਟ ਕੀਤੇ ਗਏ ਸਨ ਉਹ ਚੇਂਜ ਕਰ ਦਿੱਤੇ ਗਏ ਨੇ, ਪਰ ਇਸ ਵਿੱਚ ਸੇਮ ਗੱਲ ਇਹੀ ਦੇਖਣ ਨੂੰ ਤੁਹਾਨੂੰ ਮਿਲੇਗੀ, ਕਿਉਂਕਿ ਤੁਹਾਡਾ ਜੋ ਐਗਜ਼ਾਮ ਸੈਂਟਰ ਰਹੇਗਾ ਉਹ ਤੁਹਾਡਾ ਆਪਣਾ ਸ਼ਹਿਰ ਨਹੀਂ ਹੋਵੇਗਾ, ਠੀਕ ਆ। ਬਟ ਪਹਿਲਾਂ ਨਾਲੋਂ ਨਜ਼ਦੀਕ ਸੈਂਟਰ ਕਰ ਦਿੱਤੇ ਗਏ ਨੇ, ਜਿਵੇਂ ਮਾਨਸਾ ਵਾਲਿਆਂ ਦੇ ਬਠਿੰਡੇ ਅਤੇ ਬਠਿੰਡੇ ਵਾਲਿਆਂ ਦੇ ਮਾਨਸਾ, ਇਸ ਤਰ੍ਹਾਂ ਨਜ਼ਦੀਕ ਸਿਟੀ ਕਰ ਦਿੱਤੀ ਗਈ ਹੈ। ਜਿਵੇਂ ਕਿ ਪਹਿਲਾਂ ਤਾਂ 150 ਤੋਂ 250 ਕਿਲੋਮੀਟਰ ਦੂਰੀ 'ਤੇ ਸੈਂਟਰ ਸਨ, ਬਟ ਹੁਣ ਕੁਛ ਹੱਦ ਤੱਕ ਤੁਹਾਨੂੰ ਰਾਹਤ ਮਿਲੇਗੀ। ਇਸ ਤਰ੍ਹਾਂ ਦੋਸਤੋ, ਤੁਸੀਂ ਇਹ ਜੋ ਐਡਮਿਟ ਕਾਰਡ PSEB ਦੀ ਵੈਬਸਾਈਟ ਤੋਂ ਜਾ ਕੇ ਡਾਊਨਲੋਡ ਕਰ ਸਕਦੇ ਹੋ, ਇੱਥੋਂ ਤੁਹਾਨੂੰ ਲਿੰਕ ਮਿਲ ਜਾਵੇਗਾ, ਠੀਕ ਹੈ ਜੀ। ਇਸ 'ਤੇ ਕਲਿੱਕ ਕਰ ਦੇਣਾ ਤੁਸੀਂ, ਇੱਥੇ ਤੁਹਾਨੂੰ ਲਿੰਕ ਮਿਲ ਜਾਵੇਗਾ, ਤੁਸੀਂ ਇਹਨਾਂ ਲਿੰਕ 'ਤੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ। ਨੈਕਸਟ ਜੋ ਸਟੈਪ ਹੋਵੇਗਾ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਫਿਲ ਕਰ ਦੇਣਾ। ਜੇ ਕੋਈ ਦੋਸਤ ਪਾਸਵਰਡ ਆਪਣਾ ਭੁੱਲ ਗਿਆ ਤਾਂ ਉਹ ਫਾਰਗੇਟ ਪਾਸਵਰਡ ਦੀ ਆਪਸ਼ਨ ਯੂਜ ਕਰਕੇ ਐਡਮਿਟ ਕਾਰਡ ਡਾਊਨਲੋਡ ਕਰ ਸਕਦਾ ਹੈ। ਇਸ ਤੋਂ ਇਲਾਵਾ ਦੋਸਤੋ, ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਕਮੈਂਟ ਬਾਕਸ ਵਿੱਚ ਸਾਡੇ ਤੋਂ ਹੈਲਪ ਲੈ ਸਕਦੇ ਹੋ। ਤਾਂ ਧੰਨਵਾਦ ਦੋਸਤੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰ ਦਿਓ ਤਾਂ ਕਿ ਤੁਹਾਡੇ ਤੱਕ ਆਉਣ ਵਾਲੀ ਹਰ ਇੱਕ ਵੀਡੀਓ ਨੂੰ ਪਹੁੰਚਾ ਸਕੀਏ। ਧੰਨਵਾਦ।